ਦੱਸ ਦੇ ਕਿ ਵੱਡੀ ਖਬਰ ਆ ਰਹੀ ਹੈ ਜਿੱਥੇ ਸਲਮਾਨ ਖਾਨ ਦੇ ਹਮਲੇ ਦੀ ਫਿਰਾਕ ਦੇ ਵਿੱਚ ਸੀ ਲਾਰੈਂਸ ਬਿਸ਼ਨੋਈ, ਤਾਂ ਇਸ ਤੋਂ ਪਹਿਲਾਂ ਹੀ ਪੁਲਿਸ ਦੇ ਵੱਲੋਂ ਉਸਦਾ ਇੱਕ ਗੁਰਗਾ ਕਾਬੂ ਕਰ ਲਿਆ ਗਿਆ। ਤਾਂ ਤੁਹਾਨੂੰ ਦੱਸ ਦਈਏ ਕਿ ਇਸ ਦੇ ਵੱਲੋਂ ਸਾਜਿਸ਼ ਘੜੀ ਜਾ ਰਹੀ ਸੀ, ਤਾਂ ਇਸ ਸੰਬੰਧੀ ਮੁੰਬਈ ਦੀ ਪੁਲਿਸ ਨੇ ਹਰਿਆਣਾ ਪੁਲਿਸ ਨੂੰ ਇੱਕ ਇਨਪੁਟ ਦਿੱਤੀ ਸੀ ਜਿਸ ਸੰਬੰਧੀ ਇਸ ਆਰੋਪੀ ਦੀਪਕ ਨੂੰ ਕਾਬੂ ਕੀਤਾ ਗਿਆ। ਤਾਂ ਇਸ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਹੁਣ 5 ਜੂਨ ਤੱਕ ਦਾ ਰਿਮਾਂਡ ਲਿਆ ਗਿਆ। ਤਾਂ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਸਲਮਾਨ ਖਾਨ ਦੇ ਘਰ ਦੇ ਉੱਤੇ ਗੋਲੀਆਂ ਚੱਲੀਆਂ ਸੀ, ਤਾਂ ਇਸ ਦੇ ਸੰਬੰਧੀ ਤਾਂ 2 ਹਮਲਾਵਰਾਂ ਨੂੰ ਪੁਲਿਸ ਨੇ ਕਾਬੂ ਕੀਤਾ ਸੀ, ਜਦਕਿ 1 ਦੇ ਵੱਲੋਂ ਜੇਲ੍ਹ ਦੇ ਵਿੱਚ ਹੀ ਖੁਦਕੁਸ਼ੀ ਕਰ ਲਈ ਗਈ ਸੀ। ਤਾਂ ਹੁਣ ਇੱਕ ਵਾਰ ਫਿਰ ਤੋਂ ਨਵੀਂ ਸਾਜਿਸ਼ ਕਰ ਰਿਹਾ ਸੀ ਲਾਰੈਂਸ ਬਿਸ਼ਨੋਈ, ਤਾਂ ਇਸ ਤੋਂ ਪਹਿਲਾਂ ਹੀ ਪੁਲਿਸ ਦੇ ਵੱਲੋਂ ਇਸ ਗੁਰਗੇ ਨੂੰ ਕਾਬੂ ਕਰ ਲਿਆ ਗਿਆ। ਤਾਂ ਇਸਦਾ ਨਾਮ ਦੀਪਕ ਉਰਫ ਜੋਨੀ ਵਾਲਮੀਕ ਦੱਸਿਆ ਜਾ ਰਿਹਾ ਹੈ, ਜੋ ਕਿ ਸਲਮਾਨ ਖਾਨ ਤੇ ਹਮਲਾ ਕਰਨ ਦੀ ਫਿਰਾਕ ਦੇ ਵਿੱਚ ਸੀ, ਤਾਂ ਹਰਿਆਣਾ ਦੇ ਵਿੱਚ ਹੀ ਇਸ ਨੂੰ ਕਾਬੂ ਕਰ ਲਿਆ ਗਿਆ। ਤਾਂ ਇਹ ਵੱਡੀ ਖਬਰ ਹੈ ਜਿੱਥੇ ਸਲਮਾਨ ਖਾਨ ਤੇ ਇੱਕ ਵਾਰ ਫਿਰ ਤੋਂ ਹਮਲਾ ਹੋਣਾ ਸੀ, ਇਸ ਤੋਂ ਪਹਿਲਾਂ ਹੀ ਪੁਲਿਸ ਨੇ ਚਤੁਰਾਈ ਵਿਖਾਈ ਤੇ ਇਸ ਹਮਲਾਵਰ ਨੂੰ ਪਹਿਲਾਂ ਹੀ ਕਾਬੂ ਕਰ ਲਿਆ ਗਿਆ। ਤਾਂ ਦੱਸ ਦਈਏ ਕਿ ਵੱਡੀ ਖਬਰ ਆ ਰਹੀ ਹੈ ਜਿੱਥੇ ਸਲਮਾਨ ਖਾਨ ਦੇ ਹਮਲੇ ਦੀ ਫਿਰਾਕ ਦੇ ਵਿੱਚ ਸੀ ਲਾਰੈਂਸ ਬਿਸ਼ਨੋਈ, ਤਾਂ ਇਸ ਤੋਂ ਪਹਿਲਾਂ ਹੀ ਪੁਲਿਸ ਦੇ ਵੱਲੋਂ ਉਸਦਾ ਇੱਕ ਗੁਰਗਾ ਕਾਬੂ ਕਰ ਲਿਆ ਗਿਆ। ਤਾਂ ਤੁਹਾਨੂੰ ਦੱਸ ਦਈਏ ਕਿ ਇਸ ਦੇ ਵੱਲੋਂ ਸਾਜਿਸ਼ ਘੜੀ ਜਾ ਰਹੀ ਸੀ, ਤਾਂ ਇਸ ਸੰਬੰਧੀ ਮੁੰਬਈ ਦੀ ਪੁਲਿਸ ਨੇ ਹਰਿਆਣਾ ਪੁਲਿਸ ਨੂੰ ਇੱਕ ਇਨਪੁਟ ਦਿੱਤੀ ਸੀ ਜਿਸ ਸੰਬੰਧੀ ਇਸ ਆਰੋਪੀ ਦੀਪਕ ਨੂੰ ਕਾਬੂ ਕੀਤਾ ਗਿਆ। ਤਾਂ ਇਸ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਹੁਣ 5 ਜੂਨ ਤੱਕ ਦਾ ਰਿਮਾਂਡ ਲਿਆ ਗਿਆ। ਤਾਂ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਸਲਮਾਨ ਖਾਨ ਦੇ ਘਰ ਦੇ ਉੱਤੇ ਗੋਲੀਆਂ ਚੱਲੀਆਂ ਸੀ, ਤਾਂ ਇਸ ਦੇ ਸੰਬੰਧੀ ਤਾਂ 2 ਹਮਲਾਵਰਾਂ ਨੂੰ ਪੁਲਿਸ ਨੇ ਕਾਬੂ ਕੀਤਾ ਸੀ, ਜਦਕਿ 1 ਦੇ ਵੱਲੋਂ ਜੇਲ੍ਹ ਦੇ ਵਿੱਚ ਹੀ ਖੁਦਕੁਸ਼ੀ ਕਰ ਲਈ ਗਈ ਸੀ। ਤਾਂ ਹੁਣ ਇੱਕ ਵਾਰ ਫਿਰ ਤੋਂ ਨਵੀਂ ਸਾਜਿਸ਼ ਘੜ ਰਿਹਾ ਸੀ ਲਾਰੈਂਸ ਬਿਸ਼ਨੋਈ, ਤਾਂ ਇਸ ਤੋਂ ਪਹਿਲਾਂ ਹੀ ਪੁਲਿਸ ਦੇ ਵੱਲੋਂ ਇਸ ਗੁਰਗੇ ਨੂੰ ਕਾਬੂ ਕਰ ਲਿਆ ਗਿਆ। ਤਾਂ ਇਸਦਾ ਨਾਮ ਦੀਪਕ ਉਰਫ ਜੋਨੀ ਵਾਲਮੀਕ ਦੱਸਿਆ ਜਾ ਰਿਹਾ ਹੈ, ਜੋ ਕਿ ਸਲਮਾਨ ਖਾਨ ਤੇ ਹਮਲਾ ਕਰਨ ਦੀ ਫਿਰਾਕ ਦੇ ਵਿੱਚ ਸੀ, ਤਾਂ ਹਰਿਆਣਾ ਦੇ ਵਿੱਚ ਹੀ ਇਸ ਨੂੰ ਕਾਬੂ ਕਰ ਲਿਆ ਗਿਆ। ਤਾਂ ਇਹ ਵੱਡੀ ਖਬਰ ਹੈ ਜਿੱਥੇ ਸਲਮਾਨ ਖਾਨ ਤੇ ਇੱਕ ਵਾਰ ਫਿਰ ਤੋਂ ਹਮਲਾ ਹੋਣਾ ਸੀ, ਇਸ ਤੋਂ ਪਹਿਲਾਂ ਹੀ ਪੁਲਿਸ ਨੇ ਚਤੁਰਾਈ ਵਿਖਾਈ ਤੇ ਇਸ ਹਮਲਾਵਰ ਨੂੰ ਪਹਿਲਾਂ ਹੀ ਕਾਬੂ ਕਰ ਲਿਆ ਗਿਆ। ਤਾਂ ਦੱਸ ਦਈਏ ਕਿ ਵੱਡੀ ਖਬਰ ਆ ਰਹੀ ਹੈ ਜਿੱਥੇ ਸਲਮਾਨ ਖਾਨ ਦੇ ਹਮਲੇ ਦੀ ਫਿਰਾਕ ਦੇ ਵਿੱਚ ਸੀ ਲਾਰੈਂਸ ਬਿਸ਼ਨੋਈ, ਤਾਂ ਇਸ ਤੋਂ ਪਹਿਲਾਂ ਹੀ ਪੁਲਿਸ ਦੇ ਵੱਲੋਂ ਉਸਦਾ ਇੱਕ ਗੁਰਗਾ ਕਾਬੂ ਕਰ ਲਿਆ ਗਿਆ। ਤਾਂ ਤੁਹਾਨੂੰ ਦੱਸ ਦਈਏ ਕਿ ਇਸ ਦੇ ਵੱਲੋਂ ਸਾਜਿਸ਼ ਘੜੀ ਜਾ ਰਹੀ ਸੀ, ਤਾਂ ਇਸ ਸੰਬੰਧੀ ਮੁੰਬਈ ਦੀ ਪੁਲਿਸ ਨੇ ਹਰਿਆਣਾ ਪੁਲਿਸ ਨੂੰ ਇੱਕ ਇਨਪੁਟ ਦਿੱਤੀ ਸੀ ਜਿਸ ਸੰਬੰਧੀ ਇਸ ਆਰੋਪੀ ਦੀਪਕ ਨੂੰ ਕਾਬੂ ਕੀਤਾ ਗਿਆ। ਤਾਂ ਇਸ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਹੁਣ 5 ਜੂਨ ਤੱਕ ਦਾ ਰਿਮਾਂਡ ਲਿਆ ਗਿਆ। ਤਾਂ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਸਲਮਾਨ ਖਾਨ ਦੇ ਘਰ ਦੇ ਉੱਤੇ ਗੋਲੀਆਂ ਚੱਲੀਆਂ ਸੀ, ਤਾਂ ਇਸ ਦੇ ਸੰਬੰਧੀ ਤਾਂ 2 ਹਮਲਾਵਰਾਂ ਨੂੰ ਪੁਲਿਸ ਨੇ ਕਾਬੂ ਕੀਤਾ ਸੀ, ਜਦਕਿ 1 ਦੇ ਵੱਲੋਂ ਜੇਲ੍ਹ ਦੇ ਵਿੱਚ ਹੀ ਖੁਦਕੁਸ਼ੀ ਕਰ ਲਈ ਗਈ ਸੀ। ਤਾਂ ਹੁਣ ਇੱਕ ਵਾਰ ਫਿਰ ਤੋਂ ਨਵੀਂ ਸਾਜਿਸ਼ ਘੜ ਰਿਹਾ ਸੀ ਲਾਰੈਂਸ ਬਿਸ਼ਨੋਈ, ਤਾਂ ਇਸ ਤੋਂ ਪਹਿਲਾਂ ਹੀ ਪੁਲਿਸ ਦੇ ਵੱਲੋਂ ਇਸ ਗੁਰਗੇ ਨੂੰ ਕਾਬੂ ਕਰ ਲਿਆ ਗਿਆ। ਤਾਂ ਇਸਦਾ ਨਾਮ ਦੀਪਕ ਉਰਫ ਜੋਨੀ ਵਾਲਮੀਕ ਦੱਸਿਆ ਜਾ ਰਿਹਾ ਹੈ, ਜੋ ਕਿ ਸਲਮਾਨ ਖਾਨ ਤੇ ਹਮਲਾ ਕਰਨ ਦੀ ਫਿਰਾਕ ਦੇ ਵਿੱਚ ਸੀ, ਤਾਂ ਹਰਿਆਣਾ ਦੇ ਵਿੱਚ ਹੀ ਇਸ ਨੂੰ ਕਾਬੂ ਕਰ ਲਿਆ ਗਿਆ। ਤਾਂ ਇਹ ਵੱਡੀ ਖਬਰ ਹੈ ਜਿੱਥੇ ਸਲਮਾਨ ਖਾਨ ਤੇ ਇੱਕ ਵਾਰ ਫਿਰ ਤੋਂ ਹਮਲਾ ਹੋਣਾ ਸੀ, ਇਸ ਤੋਂ ਪਹਿਲਾਂ ਹੀ ਪੁਲਿਸ ਨੇ ਚਤੁਰਾਈ ਵਿਖਾਈ ਤੇ ਇਸ ਹਮਲਾਵਰ ਨੂੰ ਪਹਿਲਾਂ ਹੀ ਕਾਬੂ ਕਰ ਲਿਆ ਗਿਆ।